Sada Sada Tte Zulam Abbasiyan de Tariq de Muh Sharmag ਸੁਣਵਾ ਕਿਆ ਮੂਸਾ ਕਾਜ਼ਮ ਦਾ ਦਾਰੈਨ ਦੇ ਦਿਲ ਘਬੇ ਘਬਰਾ ਗਏ ਮੈਡਾ ਬਦਰੀ ਸਾਲ ਦਾ ਕਾਦੀ ਮੌਲਾ ਤੈਨਾ ਦਰਦ ਜਿਗਰ ਕੋ ਖਾ ਗਏ ਤੇਰੇ ਵਤਨ ਤੇ ਉਨ ਵੀ ਪੁੱਤਰੀਆਂ ਐਨ ਮਜ਼ਦੂਰ ਜਨਾਜ਼ਾ ਜੀ ਬਾਬਾ ਨੌਕਰਾਂ ਜੀ ਬਾਬਾ ਨੌਕਰ ਜੀ ਨੌਕਰਾਂ ਮੇਰਾ ਪੂਰੀ ਜ਼ਿੰਦਗੀ ਦਾ ਹਵਾਕਾ ਦੀ ਮੌਲਾ ਤੇਰਾ ਦਰਦ ਜਿਗਰ ਕੋ ਖਾ ਗਏ ਓ ਤੇਰੇ ਵਤਨ ਤੇ ਉਨ ਵੀ ਪੁੱਤਰੀਆਂ ਇਨ ਮਜ਼ਦੂਰ ਜਨਾਜ਼ਾ ਨੌਕਰ ਬਾਬਾ ਮੈਂ ਤੇ ਥੱਕ ਗਿਆ ਮੇਰਾ ਭਰਾ ਪਿਆ ਬੰਦ ਪੜਦਾ ਉਹ ਇਮਾਮ ਦੀ ਸ਼ਹਾਦਤ ਨਾਡੋ ਡਿਖਾ ਨਿਆ ਦੇ ਹੁਸੈਨ ਜਿਹਦੀਆਂ 18 ਧੀਆਂ ਵਤਨ ਤੇ ਰਹਿ ਗਈਆਂ ਜ਼ਹਿਰ ਮਿਲ ਗਈ ਸੀ ਜਿਗਰ ਤੇ ਹੱਥ ਕਹਿ ਕਹਿ ਵੇਲੇ ਮਦੀਨੇ ਦਰ ਬਾਹੀ ਵਧੈਂਦਾ ਅਦਾ ਕੋਈ ਦਾਵਾ ਜ਼ਹਿਰ ਤੇ ਜਿਗਰ ਨੂੰ ਖਾ ਗਈ ਦਰੋਗਾ ਕਰੀਬ ਆਇਆ ਕੈਦੀ ਕਿਵੇਂ ਪੈ ਨਿਭਦੀ ਆਈ ਸੈਯਦਾ ਦਾ ਨਾਂ ਬਚਦਾ ਮੇਰੀਆਂ ਧੀਆਂ ਦਾ ਆਪਣਾ ਮੁਕੱਦਰ ਤੇ ਨਸੀ ਮੈਡੋ ਡਿਖਾਏ ਨਿਆਜ਼ ਹੁਸੈਨ ਮੇਰੀਆਂ ਧੀਆਂ ਦਾ ਆਪਣਾ ਮੁਕੱਦਰ ਤੇ ਨਸੀ ਭਾਈ ਆਜ਼ਾਦ ਹੁਸੈਨ ਆਦਾ ਆਖਰੀ ਵੇਲੇ ਕੋਈ ਬੇਗਮ ਕੋਈ ਵਸੀਅਤ ਕੋਈ ਮਸ਼ਹੂਰਾ ਸੈਯਦਾ ਦਾ ਦਰਵਾਜ਼ਾ ਖੋਲ ਅਦਾ ਕਿਉਂ ਕਦੀ ਆਈ ਵੇਲ ਰਾਤ ਕਿਨਵੇ ਨੇ ਸੈਯਦਾ ਦਾ ਘਰ ਵੇਨਾ ਅਦਾ ਕਹਿਦੀ ਤੇਰਾ ਕੋਈ ਘਰ ਸੈਯਦਾ ਦਾ ਮੜਾਉ ਘਰ ਜਿੱਤਾਂ ਤਤਈ ਤਵਾਫ ਕਰੇਂਦੀ ਹੈ ਬਸ ਤੇ ਜੀ ਬਾਬਾ ਮੈਂ ਨਾ ਕਰਾਂ ਮਲਾਇਕ ਸਿੱਧਾ ਕਰੇਂਦੇ ਅਦਾ ਕਹਿਦੀ ਕਿ ਔਲਾਦ ਨਹੀਂ ਸੈਯਦਾ ਦਾ ਮੜੇ ਉਨ ਵੀ ਪੁੱਤਰ ਮੜੀਆਂ ਠਾਰਾ ਧੀਆਂ ਆਦਾ ਉਨੀ ਪੁੱਤਰਾਂ ਨਹੀਂ ਮਿਲਣ ਕਿਉਂ ਨਹੀਂ ਆਏ ਉਹ ਮੇਰੇ ਵਤਨ ਦੇ ਸ਼ਰੀਫੋਂ ਜਦੋਂ ਦਰੋਗੇ ਭਾਈ ਜਾਨ ਤਾਨਾ ਮਾਰਿਆ ਉਨੀ ਵੀ ਪੁੱਤਰਾਂ ਨਹੀਂ ਮਿਲਣ ਕਿਉਂ ਨਹੀਂ ਆਏ ਸੈਯਦਾ ਦਾ ਤਾਨੇ ਨਮਾਰ ਮੇਰੇ ਬਾਹਰੇ ਟੁਰੇ ਨ ਮੈਡੂਆਏ ਨ ਭੇੜੇ ਦੇ ਗਏ ਉਹ ਮੇਰੇ ਪੁੱਤਰਾਂ ਤੇ ਦੀਵਾਨਾ ਬਣ ਗਈਆਂ ਸ਼ਹਿਰ ਬਣ ਗਏ ਬਸ ਤੇ ਰਹੋ ਅਜੀ ਬਾਬਾ ਮੈਂ ਨਾ ਕਰਾਂ ਸਾਡੇ ਪਰਦਾਦਾ ਔਰਤਾਂ ਦਾ ਘਰ ਤੂੰ ਬਾਹਰ ਆਉਂਦੇ ਸੈਯਦਾ ਦਾ ਹਿੱਕ ਨਹੀਂ ਮੈਂ ਦਰਦੀਆਂ ਬਹੁ ਖਤ ਲਿਖੇ ਅਦਾ ਜਿਹੜਾ ਹੁਣ ਹੁਣ ਆਇਆ ਹੈ ਮੈਨੂੰ ਦੇ ਮੈਂ ਪੜ੍ਹਨਾ ਸੈਯਦਾ ਦਾ ਤੁਰਦੀਲੇ ਉਹ ਸ਼ਰੀਫ ਜ਼ਾਦੀਆਂ ਦਾ ਖਤ ਤੂੰ ਕੰਨ ਕਰ ਮੈਂ ਤੈਨੂੰ ਆਪ ਪੜ੍ਹ ਕੇ ਸੁਣੈਨਾ ਮੇਰਾ ਇਮਾਮ ਮਿੱਟੀ ਤੇ ਝੁਕਿਆ ਧੀਆਂ ਦੀ ਤਹਰੀਰ ਪੜਦਾ ਹੀ ਖਲਾ ਤੇ ਰੋਂਦਾ ਹੀ ਖਲਾ ਮੇਰੇ ਵਤਨ ਦੇ ਸ਼ਰੀਫੋਂ ਧੀਆਂ ਕੇ ਪਈਆਂ ਲਿਖਦੀਆਂ ਨੇ ਧੀਆਂ ਪਈਆਂ ਲਿਖਦੀਆਂ ਕਿਹੜੇ ਜੁਰਮ ਦੇ ਵਿੱਚ ਤੁਸੀਂ ਕੈਦ ਹੋ ਬਾਬਾ ਤੁਹਾਡੀ ਕਿਉਂ ਸੰਗੀਨ ਸਜ਼ਾ ਹੈ
ਐਸਾ ਸੁਣਿਆ ਹੈ ਵਿੱਚ ਕੈਦ ਖਾਨੇ ਦੇ ਨੀ ਉਹ ਲੱਭਦੀ ਬਾਹਣ ਦੀ ਬਾਹਣ ਦੀ ਜਾ ਜਵਾਨੀਆਂ ਸਲਾਮਤ ਰਹਿਣ ਅਸਾ ਸੁਣਿਆ ਏ ਵਿੱਚ ਕੈਦ ਖਾਨੇ ਦੇ ਨੀ ਉਹ ਲੱਭਦੀ ਬਾਹਣ ਦੀ ਦਰਵਾਜ਼ਾ ਖੋਲ ਆਦਾ ਜ਼ਾਲਿਮ ਬਾਦਸ਼ਾਹ ਮੈਨੂੰ ਮਰਾ ਛੁੜੇ ਸੀ ਸੈਯਦ ਆਦਾ ਤੂੰ ਮੈਨੂੰ ਪਾਪਾਂ ਸਮਝਿਆ ਏ ਨਾਰੇ ਤਕਬੀਰ ਬੁਲੰਦ ਕੀਤਾ ਸੀ ਜ਼ੰਜੀਰ ਬਏ ਪਾਸੇ ਵੰਜ ਪੈਣ ਅਦਰਾਓ ਦਾ ਟਾਈਮ ਤੇਰਾ ਇਮਾਮ ਗਾਇਬ ਹੋਇਆ ਭਾਈ ਆਇਆ ਕਿੱਥੇ ਮਦੀਨੇ ਦੀਆਂ ਸੋਹਣੀਆਂ ਗਲੀਆਂ ਚ ਆਪਣੇ ਹੱਥਾਂ ਨਾਲ ਘਰ ਦਾ ਦਰਵਾਜ਼ਾ ਖੋਲਿਆ ਕੋਈ ਕਿਆਮਤ ਮੰਜ਼ਰ ਅਠਾਰਾਂ ਦੀਆਂ ਅਠਾਰਾਂ ਦੀਆਂ ਦੀ ਮਿੱਟੀ ਦੇ ਕਦਾਰ ਲੱਗੀ ਹੋਈ ਆ ਸਭ ਤੋਂ ਪਹਿਲੇ ਉਹਦੀ ਦੇ ਸਰ ਤੇ ਝੁਕਿਆ ਜਿਹੜੀ ਘੁੰਮਦੀਆਂ ਪਹਾੜੀਆਂ ਚ ਰੁਲ ਕੇ ਮਰ ਗਈ ਹੈ ਅਜੇ ਜਾਗਿਆ ਬਾਬਾ ਮਿਲਣ ਆਈ ਸਫਾਰੀ ਬਾਉ ਕਰਨੇ ਨੀ ਰਲਾਲ ਜੀਂਦਾ ਕੋਈ ਨੀ ਉਹ ਮਿਲਣਾ ਵਸਤੇ ਰਹੋ ਆਬਾਦ ਰਹੋ ਆਦੀ ਮਾਂ ਦੀ ਜਾਗ ਹੋਈ ਆਦੀ ਕੌਣ ਹੈ ਗੈਰ ਮਹਿਰਮ ਤੈਨੂੰ ਪਤਾ ਨਹੀਂ ਇਹ ਸੈਦਾਂ ਦਾ ਘਰ ਹੈ ਕੋਈ ਜਵਾਬ ਨਹੀਂ ਆਇਆ ਦੂਜੀ ਅਕਲ ਮਾਰ ਕੇ ਦੀ ਤੈਨੂੰ ਪਤਾ ਨਹੀਂ ਸੱਤਵੇਂ ਇਮਾਮ ਦਾ ਘਰ ਹੈ ਜਦ ਆਖਿਆ ਸੱਤਵੇਂ ਇਮਾਮ ਦਾ ਘਰ ਹੈ ਵਾਤੀ ਕੋਈ ਜਵਾਬ ਨਹੀਂ ਆਇਆ ਮੇਰੇ ਵਤਨ ਦੇ ਸ਼ਰੀਫੋ ਆਖਿਆ ਬੁਲੇ ਨਾ ਸੱਦਰ ਜ਼ਾਨ ਜਦ ਰਜ਼ਾ ਦਾ ਨਾਮ ਆਇਆ ਸਦੇ ਨਾ ਯਾ ਸੱਦਰ ਜ਼ਾਨ ਵੇਖਿਆ ਦੇ ਨੀਵੇਂ ਸੁਝਾਦਿਆ ਮੈਂ 14 ਸਾਲ ਦਾ ਕੈਦੀ ਆ ਬੀਬੀਆਂ ਦੀ ਕੈਦ ਛੁੱਟ ਗਈ ਏ ਸੈਯਦਾ ਦਾ ਕਾਲ ਛੂਟ ਵੰਜਣੀ ਏ ਹੱਥਾਂ ਤੇ ਕਚਾਈ ਵੰਦਾ ਸੈਯਦਾ ਦਾ ਮੇਰੀ ਜਾਨ ਦਾ ਵਿਰਸਾ ਮੇਰੀ ਭਾਗ ਬੀਬੀਆਂ ਦੀ ਸਰ ਤੇ ਕਿਉਂ ਨਹੀਂ ਬੰਦੀ ਯਾਦਾ ਬੰਨਣ ਦਾ ਮੌਸਮ ਗੁਜ਼ਰ ਗਏ ਵਸਤੇ ਰਹੋ ਅਬਾ ਜੀ ਬਾਬਾ ਮੈਂ ਨਾ ਕਰਾਂ ਮੈਂ ਵਾਰਿਸ ਨੂੰ ਬਣਾਵੇਂ ਆਇਆ ਮਾਂ ਪੁੱਤਰ ਤੋਂ ਵੀ ਨਹੀਂ ਆਈ ਇੱਥਾਂ ਜੇ ਦੋ ਪਾਣੀ ਆਂਦਾ ਹੈ ਹੱਕਲ ਮਾਰੀ ਰਜ਼ਾ ਰਜ਼ਾ ਜਾ ਕੇ ਨਾ ਬਾਬਾ ਮਿਲਣ ਆਲੇ ਪਿਓ ਬਾਰੇ ਬਾਹਰ ਜਮਾਵਣ ਆਲੇ ਯਤੀਮ ਪਿਆ ਹੋਣਾ ਹੈ ਤੜੇ ਪਿਉਠਾ ਕਿੱਥਾਂ ਬਾਬਾ ਉਹ ਬਾਬਾ ਪਿਓ ਦੇ ਕਦਮਾਂ ਲਈ ਖਾਕ ਚੁੰਮੀ ਸੀ ਮੇਰੇ ਵਤਨ ਦੇ ਸ਼ਰੀਫੋਂ ਆਦਾ ਬਾਬਾ ਹੁਣ ਮੇਰੀਆਂ ਭੈਣਾਂ ਦੀ ਬੇਕਸੀ ਯਾਦ ਆਈ ਮੇਰੀ ਮਾਂ ਦੀ ਗੁਰਬਤ ਯਾਦ ਆਈ ਸੈਯਦ ਆਦਾ ਲਾਲ ਸਰ ਜਿੱਕਾ ਕਰ ਮੈਂ ਤੈਨੂੰ ਪੱਗ ਬਣਾਵਣ ਆਇਆ ਲਾਲ ਮੇਰੀਆਂ ਧੀਆਂ ਦੀ ਪਾਰਤ ਹੋਈ ਕਈ ਈਦ ਆਵਣੀ ਮੇਰੀਆਂ ਧੀਆਂ ਨੂੰ ਈਦ ਜ਼ਰੂਰ ਦੇਵੇਂ ਜੈ ਵੇਲੇ ਪੱਗ ਬਣਾ ਖੜਾ ਅੱਛਾ ਰਜ਼ਾ ਦੀ ਮਾਂ ਮੇਰਾ ਆਖਰੀ ਸਲਾਮ ਆਦੀ ਇੱਕ ਮਿੰਟ ਰੁਕ ਵਨ ਬਤ ਬੇਸ਼ੱਕ ਲਗਾ ਮੰਨੀ ਕੀ ਆਖਣਾ ਚਾਹਨੀ ਫਰਮੈਂਦਨ ਇਮਾਮ ਹੈ ਸੋਚ ਕੇ ਦੱਸ 14 ਸਾਲ ਗੁਜ਼ਾਰੇ ਨੀ ਸਾਲ ਦੀਆਂ ਕਿਤਨੀਆਂ ਈਦਾਂ ਹੁੰਦੀਆਂ ਮੌਲਾ ਫਰਮੈਂਦਨ ਦੋ ਕਿਤਨੀਆਂ ਈਦਾਂ ਗੁਜ਼ਰੀਆਂ ਮੌਲਾ ਫਰਮੈਂਦਨ 28 ਆਦੀ ਤੇਰੀ ਇੱਜ਼ਤ ਔਰ ਇਮਾਮਤ ਦੀ ਕਸਮ ਤੇਰੀਆਂ ਧੀਆਂ ਈਦ ਕੋਈ ਨਹੀਂ ਕਈ ਦੇ ਈਦ ਦੇ ਤੇਰੇ ਹੁਜਰੇ ਜਾ ਖੜੋਵੇ ਨਾ ਬਗਦਾ ਦਰਬਾਈ ਵਧੇ ਕੀ ਆਖੇ ਨਾ ਬਾਬਾ ਧੀਆਂ ਨੂੰ ਈਦ ਨਹੀਂ ਮਨਵਾ ਲਈ ਕੋਈ ਨਹੀਂ ਆਦੀਆਂ ਨੂੰ ਹੁਣ ਤਾਂ ਮੰਨਿਆ ਸਾਡਾ ਕਾਦੀ ਮਰਹਬਾ ਜ਼ਿੰਦਾਬਾਦ ਆਫਰੀਨ ਜਲਦੀ ਜਗਾ ਮਾਂ ਧੀਆਂ ਤੋਂ ਇੰਨੀ ਆਈ ਹੈ ਜਿਵੇਂ ਛਿੱਕ ਦੋ ਪਾਣੀ ਹੁੰਦਾ ਮੈਡੋ ਦਿਖਾਏ ਇਆਂ ਜਾਗੋ ਨਾ ਬਾਬਾ ਮਿਲਣ ਆਇਆ ਇਹਨੇ ਕਈ ਹੱਥ ਚੁੰਮਦੀ ਹੈ ਭਾਈ ਗਵਾਲ ਕਈ ਸੀਨਾ ਚੁੰਮਦੀ ਹੈ ਕਈ ਪੇਸ਼ਾਨੀ ਚੁੰਮਦੀ ਹੈ ਤੇ ਰੋ ਰੋ ਕੇ ਦਿਨ ਬਾਬਾ ਇਹ ਖਤ ਲਿਖਦੀਆਂ ਸੇ ਜਵਾਬ ਕਿਉਂ ਨਾ ਦਿੰਦਾ ਸੈਯਦਾ ਦੇ ਮੇਰੀਆਂ ਧੀਆਂ ਖਤ ਹੱਥ ਨਾਲ ਲਿਖੀਂਦੇ ਮੇਰੇ ਹੱਥ ਰੁੱਤੇ ਹੋਇਆ ਸੈਯਦਾ ਦਾ ਮੈਂ ਆਇਆ ਨਹੀਂ ਮੈਂ ਵੱਲ ਵੰਜਣਾ ਹੈ ਇਹ ਕੋਮਲੀ ਸੈਯਦਾ ਦੀ ਆਦੀ ਮੈਂ ਸਮਝ ਗਈ ਹਾਂ ਸੈਯਦੀ ਹੋ ਗਈ ਜਲਦੀ ਦੇ ਨਾਲ ਗਈਏ ਮਿੱਟੀ ਤੂੰ ਇੱਕ ਚਾਦਰ ਚਾਦੀ ਅਦੀ ਰਜ਼ਾ ਦੀ ਜਵਾਨੀ ਦਾ ਵਾਸਤੇ ਹੀ ਸਰ ਜਿੱਕਾ ਕਰ ਮੂਸਾ ਕਾਲਮ ਸਰ ਜਿੱਕਾ ਕੀਤਾ ਦੀਆਂ ਪਿਓ ਨੂੰ ਤਾ ਤਲ ਹਲਕ ਵਲਾਈਏ ਅਦੀ ਲੱਲਾ ਜਾਣੇ ਕੋਈ ਹੱਥ ਪੈਰ ਬਣਾ ਸੀ ਜਾਂ ਨਾ ਬਣਾ ਸੀ ਆ
ਤੂੰ ਤਾਂ ਦਲਹਨਕ ਵਲਵਾਈ ਵਾਲੀ ਸਾਡਾ ਸਰਦਾਰ।